अब्द सेवक जेल हुई है तित मान मत जस गाते तित मान मत जस गाते जिस मन को मैं करो बेनती सो अपने दुख भरे बस्ती
ਹਜ਼ੂਰ ਬਾਣੀ ਵਿੱਚ ਬਖਸ਼ਿਸ਼ ਕਰ ਰਹੇ ਹਨ ਕਿ ਜਿਸ ਮਨੁੱਖ ਪੈਗਰੋਂ ਬੇਨਤੀ ਸੋ ਆਪਣੇ ਦੁੱਖ ਜਰਿਆ ਆਪਣਾ ਦੁੱਖ ਕਿਸੇ ਨੂੰ ਸੁਣਾ ਰਿਹਾ ਜਿਹੜਾ ਪਹਿਲਾਂ ਹੀ ਦੁੱਖਾਂ ਦੇ ਨਾਲ ਗ੍ਰਸਿਆ ਹੋਇਆ ਹੈ ਉਸਨੂੰ ਦੁੱਖ ਸੁਣਾ ਰਿਹਾ ਤੂੰ ਇੱਕ ਦੁੱਖ ਸੁਣਾਵੇਂਗਾ ਉਹ ਜਿਤਨੇ ਤੱਕ ਆਪਣੇ ਦਸ ਦੁੱਖ ਨਹੀਂ ਸੁਣਾ ਲੈਂਦਾ ਉਹਨੂੰ ਸ਼ਾਂਤੀ ਨਹੀਂ ਆਵੇ ਇੱਕ ਰੋਗੀ ਪਾਸੋਂ ਤੂੰ ਅਰੋਗਤਾ ਮੰਗ ਰਿਹਾ ਤੈਨੂੰ ਕਦੀ ਨਹੀਂ ਮਿਲ ਸਕੇ ਇੱਕ ਦੁਖੀ ਨੂੰ ਦੁੱਖ ਸੁਣਾ ਕੇ ਤੂੰ ਸੁਖੀ ਨਹੀਂ ਹੋ ਸਕੇਗਾ ਇਸ ਲਈ ਜੇ ਸੁੱਖ ਚਾਹੁੰਦਾ ਹੈ ਤਾਂ ਆਪਣੇ ਮਾਲਕ ਅੱਗੇ ਆਪਣੇ ਗੁਰੂ ਅੱਗੇ ਅਰਦਾਸ ਕਰ ਵਾਹਿਗੁਰੂ ਇਹ ਦੁੱਖ ਕੋਈ ਇੱਕ ਜਨਮ ਦਾ ਨਹੀਂ ਇਹ ਸਾਡਾ ਸੁਭਾਅ ਹੀ ਤੁਰਿਆ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਮੋਹ ਇਹ ਭਾਰੀ ਦੁੱਖ ਹਨ ਸਾਡੇ ਅੰਦਰ ਜਿਹੜੇ ਪ੍ਰਭੂ ਨੂੰ ਵਿਛੋੜੀ ਬੈਠੇ ਸਾਡੀ ਕੀਰਤੀ ਚੰਗੀ ਨਾ ਹੋਣ ਕਰਕੇ ਕਿਰਤ ਕਰਨਗੇ ਵਿਛੇ ਕਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਅਰਦਾਸ ਕਰਦੇ ਹਨ ਹੇ ਵਾਹਿਗੁਰੂ ਸਾਡੇ ਕਰਮ ਚੰਗੇ ਨਾ ਹੋਣ ਕਰਕੇ ਸਾਡੀ ਕੀਰਤੀ ਚੰਗੀ ਨਾ ਹੋਣ ਕਰਕੇ ਤੇਰੇ ਚਰਨਾਂ ਨਾਲੋਂ ਵਿਛੜ ਗਏ ਤੇ ਜਿਹੜਾ ਤੇਰੇ ਚਰਨਾਂ ਨਾਲੋਂ ਵਿਛੜ ਗਿਆ ਉਹ ਸੁਖੀ ਕਿਵੇਂ ਹੋ ਸਕੇ ਇਸ ਲਈ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜਨਾ ਕਰ ਕਿਰਪਾ ਮੈਨੂੰ ਨਾ ਚਾਰ ਕੁੰਟ ਤਹਿ ਦਿਸ ਭਰਮੇ ਥੱਕ ਆਏ ਪ੍ਰਭ ਕੀ ਸ਼ਾਮ ਇਸ ਲਈ ਗੁਰੂ ਅਰਜਨ ਦੇਵ ਪਾਤਸ਼ਾਹ ਜਿਸ ਮਨੁੱਖ ਪੈ ਕਰੋ ਬੇਨਤੀ ਹਜ਼ੂਰ ਕਹਿੰਦੇ ਹਨ ਜਿਸ ਮਨੁੱਖ ਕੋਲੋਂ ਪੁੱਛੇਗਾ ਉਹ ਤਾਂ ਤੇਰੇ ਤੋਂ ਵੀ ਦੁਖੀ ਹੈ ਗੁਰੂ ਤੋਂ ਬਿਨਾਂ ਤੇਰਾ ਕੋਈ ਵੀ ਦੁੱਖ ਨਹੀਂ ਕੱਟ ਸਕਦਾ ਮਿੱਤਰ ਘਨੇਰੇ ਕਰ ਥਕੀ ਮੇਰਾ ਦੁੱਖ ਕਾਟੇ ਹੋਏ ਬੜੇ ਮਿੱਤਰ ਕੀਤੇ ਤੇ ਮਿੱਤਰਾਂ ਨੇ ਫਿਰ ਵਾਅਦੇ ਵੀ ਬੜੇ ਕੀਤੇ ਪਰ ਐਸਾ ਮਿੱਤਰ ਕੋਈ ਨਹੀਂ ਮਿਲਿਆ ਜਿਹੜਾ ਕਵੇ ਮੈਂ ਦਰਗਾਹ ਵਿੱਚ ਤੇਰੀ ਬਾਂਹ ਫੜ ਲਵਾਂਗਾ ਤੇਰਾ ਲੇਖਾ ਮੈਂ ਚੁਕਾਵਾਂਗਾ ਉਹ ਕਿਹੜਾ ਹੈ ਬਈ ਮਿੱਤਰ ਪਿਆਰ ਨਾਲ ਆਖੋ ਧੰਨ ਗੁਰੂ ਅਰਜਨ ਦੇਵ ਧੰਨ ਗੁਰੂ ਅਰਜਨ ਦੇਵ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਦਿਆਂ ਨਾਲ ਚੱਲਣ ਜਿੱਥੇ ਲੇਖਾ ਮੰਗੀਏ ਜਿੱਥੇ ਖੜੇ ਤੇਰੇ ਦੇਸਾਂ ਹਜ਼ੂਰ ਕਹਿੰਦੇ ਹਨ ਉਸ ਗੁਰੂ ਅੱਗੇ ਅਰਦਾਸ ਕਰ ਆਪਣੀ ਬਿਰਥਾ ਕਹੋ ਹਰ ਆਪਣੇ ਸਵਾਮੀ ਹੈ ਆਪਣੀ ਬਿਰਥਾ ਕਹਿਣੀ ਹੈ ਤਾਂ ਆਪਣੇ ਗੁਰੂ ਅੱਗੇ ਕਹਿ ਕਿਸੇ ਅੱਗੇ ਕਹਿਣ ਦਾ ਕੋਈ ਫਾਇਦਾ ਨਹੀਂ ਆਓ ਸਾਰੇ ਪਿਆਰ ਨਾਲ ਇਹ ਸ਼ਬਦ ਨੂੰ ਮਿਲ ਕੇ ਪੜ੍ਹੀਏ ਔਰ ਅੱਜ ਉਹਨਾਂ ਦੀ ਬਾਣੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜਿੱਥੇ ਉਹ ਬਾਣੀ ਦੇ ਬੋਹਿਤ ਹਨ ਨਿਮਰਤਾ ਦੇ ਪੁੰਜ ਹਨ ਸ਼ਹੀਦਾਂ ਦੇ ਸਿਰਤਾਜ ਹਨ ਅਤੇ ਉਹ ਕੀਰਤਨ ਦੇ ਵੀ ਦਾਤੇ ਹਨ ਆਪ ਵੀ ਕੀਰਤਨ ਕਰਦੇ ਸਨ ਅਤੇ ਉਹਨਾਂ ਨੇ ਬਖਸ਼ਿਸ਼ ਕਰਕੇ ਕੀਰਤਨ ਦੀ ਦਾਤ ਸਾਡੀ ਵੀ ਚੋਲੀ ਵਿੱਚ ਪਾਈ ਗੁਰਸਿੱਖਾਂ ਦੀ ਚੋਲੀ ਵਿੱਚ ਪਾਈ ਆਖਿਆ ਇੱਕ ਸਿੱਖ ਦੋਏ ਸਾਧ ਸਨ ਜਿੱਥੇ ਵੀ ਦੋ ਜਣੇ ਬੈਠਣਗੇ ਰੱਬੀ ਬਾਣੀ ਇਲਾਹੀ ਬਾਣੀ ਦਾ ਕੀਰਤਨ ਕਰਨਗੇ ਇੱਕ ਬੈਕੁੰਠ ਦਾ ਸਮਾਂ ਬਣ ਜਾਵੇਗਾ ਸਤਿਗੁਰ ਬੋਲੋ ਸ੍ਰੀ ਵਾਹਿਗੁਰੂ ਸੋ ਆਪ ਸਾਰੇ ਮਿਲ ਕੇ ਇਹਨਾਂ ਦੁੱਖਾਂ ਨੂੰ ਪੜ੍ਹੀਏ ਪਰ ਅਨੁਭਵ ਕਰੋ ਕਿ ਅੱਜ ਸ਼ਬਦ ਵਿੱਚੋਂ ਅਸੀਂ ਇਤਨਾ ਰਸ ਮਾਣਦੇ ਹਾਂ ਅਤੇ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਆਪਣੇ ਇਲਾਹੀ ਗਲੇ ਤੋਂ ਇਹ ਸ਼ਬਦ ਦਾ ਉਚਾਰ ਕਰਦੇ ਹੋਣਗੇ ਉਦੋਂ ਕਿਤਨਾ ਕੁ ਰਸ ਔਰ ਸਵਾਦ ਹੋਵੇਗਾ ਉਸ ਸਵਾਦ ਨੂੰ ਅਨੁਭਵ ਕਰੀਏ ਆਓ ਸਾਰੇ ਮਿਲ ਕੇ ਅਰਦਾਸ ਕਰਨੀ ਹੈ ਜੋ ਗੁਰੂ ਅਰਜਨ ਦੇਵ ਪਾਤਸ਼ਾਹ ਕਰਦੇ ਹਨ ਜਿਸ
करो बेनती सो अपने दुख भरिया, सो अपने दुख भरिया। देखो जिस मनुख से करो बेनती सो अपने दुख भरिया, सगल सृष्टि को राजा दुखिया, हर का नाम जपत होए सुखिया,
ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਐਸਾ ਹਰ ਸੇਵੀਐ ਨਿਤ ਧਿਆਈਐ ਐਸਾ ਹਰ ਸੇਵੀਐ ਨਿਤ ਧਿਆਈਐ ਐਸਾ ਹਰ ਸੇਵੀਐ ਨਿਤ ਧਿਆਈਐ ਜੋ ਖਿਨ ਮੇ ਕਿਲ ਬਿਕ ਸਭ ਕਰੇ ਬਿਨਾਸਾ ਜੇ ਹਰ ਤਿਆਗ ਅਵਰ ਕੀ ਆਸ ਕੀਜੇ ਤਾਂ ਹਰ ਨੇਪਲ ਸਭ ਕਾਲ ਗਵਾਸਾ ਮੇਰੇ ਮਨ ਹਰ ਸੇਵੋ ਸੁਖ ਦਾਤਾ ਸਵਾਮੀ ਜਿਸ ਸੇਵੀਏ ਸਭ ਭੁੱਖ ਨਾਸਾ ਮੇਰੇ ਮਨ ਹਰ ਉਪਰ ਕੀ ਦੇ ਦਰਵਾਸਾ ਜਹਿ ਜਾਈਏ ਤੈ ਨਾਲ ਮੇਰਾ ਸਵਾਮੀ ਜਹਿ ਜਾਈਏ ਤੈ ਨਾਲ ਮੇਰਾ ਸਵਾਮੀ ਹਰ ਆਪਣੀ ਪੈਜ ਰੱਖੇ ਜਨ ਦਾਸਾ ਜੇ ਆਪਣੀ ਬਿਰਥਾ ਕਹੋ ਅਵਰਾ ਪੈ ਆਪਣੀ ਬਿਰਥਾ ਕਹੋ ਅਵਰਾ ਪੈ ਆਗੇ ਆਪਣੀ ਬਿਰਥਾ ਬਹੁ ਬਹੁਤ ਕਰਾਸਾ ਆਪਣੀ ਬਿਰਥਾ ਕਹੋ ਹਰ ਆਪਣੇ ਸੋਮੀ ਪੈ ਆਪਣੀ ਬਿਰਥਾ ਕਹੋ ਹਰ ਆਪਣੇ ਸੋਮੀ ਪੈ ਜੋ ਕੁੰਬਰੇ ਦੁੱਖ ਤਤਕਾਲ ਕਟਾਸਾ ਜਿਸ ਮਨੁੱਖੀ ਸੋ ਆਪਣੇ ਦੁੱਖ ਭਰਿਆ ਸੋ ਆਪਣੇ
ਜਿਸ ਮਨ ਕਰੋ ਪੇਲ